ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ। ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿੱਚ ਲਗਾਤਾਰ ਜਾਰੀ ਹੈ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਖੇਮਕਰਨ ਦੇ ਕਸਬਾ ਸਿਕਿੰਡ ਤੋਂ, ਜਿੱਥੇ ਬਹਿਰੀਨ ਤੋਂ ਪ੍ਰਤੀ ਔਰਤ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਜਾਣ 'ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਔਰਤ ਦੀ ਜਾਂਚ ਕੀਤੀ ਗਈ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਭਿੱਖੀਵਿੰਡ ਤੋਂ ਇੱਕ ਔਰਤ 2 ਸਾਲ ਲਈ ਵਰਕ ਪਰਮਿਟ 'ਤੇ ਬਹਿਰੀਨ ਵਿੱਚ ਇੱਕ ਲੈਬ 'ਤੇ ਕੰਮਕਾਜ ਲਈ ਗਈ ਸੀ, ਜਿੱਥੇ ਉਸਨੂੰ ਬੁਖਾਰ ਅਤੇ ਸਰਦੀ ਜ਼ੁਕਾਮ ਦੇ ਨਾਲ ਨਾਲ ਜਦੋਂ ਸਾਹ ਲੈਣ ਵਿੱਚ ਦਿੱਕਤ ਸ਼ੁਰੂ ਹੋਈ ਤਾਂ ਲੈਬ ਪ੍ਰਬੰਧਕਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਮਿਤੀ 12 ਮਾਰਚ ਨੂੰ ਇਹ ਔਰਤ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚੀ ਅਤੇ ਫਿਰ ਟ੍ਰੇਨ ਰਾਹੀਂ ਅੰਮ੍ਰਿਤਸਰ ਅਤੇ ਬੱਸ ਰਾਹੀਂ ਭਿੱਖੀਵਿੰਡ ਆਈ। ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਉਕਤ ਔਰਤ ਦਾ ਪਤੀ ਵੀ ਸਰਦੀ ਜ਼ੁਕਾਮ ਅਤੇ ਬੁਖਾਰ ਨਾਲ ਪੀੜਤ ਹੋ ਗਿਆ ਅਤੇ ਜਦੋਂ ਇਹਨਾਂ ਦੋਵਾਂ ਦੀ ਬਿਮਾਰ ਹੋਣ ਦੀ ਖਬਰ ਸਿਹਤ ਵਿਭਾਗ ਦੀ ਟੀਮ ਕੋਲ ਪੁੱਜੀ ਤਾਂ ਤੁਰੰਤ ਹਰਕਤ ਵਿੱਚ ਆਉਂਦਿਆਂ ਸੁਰ ਸਿੰਘ ਹਸਪਤਾਲ ਦੇ ਡਾਕਟਰ ਗੁਰਸੇਵਕ ਸਿੰਘ ਸਿਹਤ ਵਿਭਾਗ ਦੀ ਟੀਮ ਨਾਲ ਭਿੱਖੀਵਿੰਡ ਵਿਖੇ ਪਹੁੰਚੇ। ਉਧਰ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਣਕਾਰੀ ਦਿੱਤੀ ਕਿ ਉਕਤ ਔਰਤ ਅਤੇ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸ ਦੀ ਪੁਸ਼ਟੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ। ਸਰਬਜੀਤ ਕੌਰ ਹੈ, ਗਗਨਦੀਪ ਕੌਰ, ਡਾਕਟਰ ਸਰਬਜੀਤ ਕੌਰ, ਸਰਬਜੀਤ ਸਿੰਘ। ਕੀ ਪ੍ਰੋਬਲਮ ਜੀ ਉਹਨਾਂ ਨੂੰ? ਬੁਖਾਰ ਖਾਂਸੀ ਲੱਗਾ। ਕੋਈ ਚੈਕਿੰਗ ਕਰਨ ਦੇ ਉੱਤੇ ਕੋਈ ਨਜ਼ਰ ਆਇਆ ਸਰ ਉਹਨੂੰ? ਹਾਂਜੀ, ਉਹਨੂੰ ਆਈਸੋਲੇਟ ਕਰਨਾ ਪਏਗਾ। ਬਾਹਰ ਦੀ ਹਿਸਟਰੀ ਹੈ ਜਾਣ ਦੀ, ਉਹਨਾਂ ਦੀ ਬਾਹਰ ਜਾ ਕੇ ਆਏ। ਕਿੱਥੋਂ ਆਏ ਸਰ? ਬਹਿਰੀਨ ਤੋਂ। ਤੋਂ ਫਿਰ ਅਗਲੇ ਮਹਿਕਮਾ ਕੀ ਕਾਰਵਾਈ ਕਰ ਰਿਹਾ ਜੀ? ਅਗਲੀ ਮਹਿਕਮਾ ਆਪਣੀ ਕਾਰਵਾਈ ਕਰ ਰਿਹਾ ਜੀ, ਇਹਨਾਂ ਨੂੰ ਆਈਸੋਲੇਟ ਕਰਨਾ ਪੈਣਾ, ਕੰਟੈਕਟ ਨੂੰ ਵੇਖਣਾ ਪੈਣਾ, ਉੱਥੇ ਜ਼ਿਲ੍ਹੇ 'ਤੇ ਇਨਫੋਰਮ ਕਰ ਦਿੱਤਾ। ਅੱਛਾ ਜੀ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।